ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਸਾਰਿਆਂ ਦਾ? ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਣਗੇ। ਤੁਸੀਂ ਸਾਰੇ ਦੇਖ ਰਹੇ ਹੋ ਇੰਡੀਆ ਨਿਊਜ਼ ਦਾ ਡਿਜੀਟਲ ਪਲੈਟਫਾਰਮ ਇੰਡੀਆ ਨਿਊਜ਼ ਐਂਟਰਟੇਨਮੈਂਟ, ਅਤੇ ਮੈਂ ਤੁਹਾਡੇ ਨਾਲ ਅੰਕਿਤ ਚੰਦੇਲ ਹਾਜ਼ਰ ਹਾਂ ਫਿਰ ਤੋਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਐਂਟਰਟੇਨਮੈਂਟ ਜਗਤ ਤੋਂ। ਅਤੇ ਸਭ ਤੋਂ ਪਹਿਲਾਂ ਅਗਰ ਗੱਲ ਕੀਤੀ ਜਾਵੇ, ਅੱਜ ਮੈਂ ਗੱਲ ਕਰਾਂਗਾ ਕਰਨ ਔਜਲਾ ਦੇ ਸਿੱਧੂ ਮੂਸੇਵਾਲੇ ਬਾਰੇ। ਜੀ ਹਾਂ, ਦੋਨੋਂ ਕਾਫੀ ਜ਼ਿਆਦਾ ਵੱਡੇ ਨਾਮ ਨੇ, ਅਤੇ ਸਿੱਧੂ ਮੂਸੇਵਾਲਾ ਜਿਹੜੇ ਅੱਜ ਸਾਡੇ ਵਿੱਚ ਨਹੀਂ ਨੇ, ਉਹਨਾਂ ਦੇ ਬਾਰੇ ਮੈਂ ਇੱਕ ਜਿਹੜੀ ਕਿੰਗ ਨੇ, ਜਿਹੜੇ ਰੈਪਰ ਨੇ ਬਾਲੀਵੁੱਡ ਦੇ, ਔਰ ਨਾਲ ਦੇ ਨਾਲ ਹਿੰਦੀ ਮਿਊਜ਼ਿਕ ਰੈਪ ਕਰਦੇ ਨੇ, ਅਤੇ ਉਹਨਾਂ ਦੇ ਬਾਰੇ ਇੱਕ ਗੱਲ ਸਾਹਮਣੇ ਆਈ। ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਹੈ ਸਿੱਧੂ ਮੂਸੇਵਾਲੇ ਨਾਲ ਦੇ ਨਾਲ ਕਰਨ ਔਜਲਾ ਦੇ ਬਾਰੇ। ਤੋ ਪੂਰੀ ਜੋ ਨਿਊਜ਼ ਹੈ ਆਪਕੋ ਬਰੀਫ ਮੈਂ ਬਤਾ ਦੋ। ਤੋ ਕਰਨ ਔਜਲਾ ਔਰ ਸਿੱਧੂ ਮੂਸੇਵਾਲਾ ਐਸਾ ਇੱਕ ਨਾਮ ਹੈ ਪੰਜਾਬੀ ਹਿਪ ਹੋਪ ਕੇ, ਪੰਜਾਬੀ ਇੰਡਸਟਰੀ ਕੇ, ਜਿਨਕੋ ਮੁਝੇ ਨਹੀਂ ਲੱਗਤਾ ਕੋਈ ਬੱਚਾ ਬੱਚਾ ਜੋ ਹੈ, ਬੱਚੇ ਸੇ ਬੱਚਾ, ਬੂੜੇ ਸੇ ਬੂੜਾ, ਹਰ ਇੱਕ ਇਨਸਾਨ ਜੋ ਹੈ ਪੂਰਾ ਸੁਣਤਾ। ਲੇਕਿਨ ਸਭ ਸੇ ਇੰਪੋਰਟੈਂਟ ਬਾਤ ਕੀ ਜਾਏ ਤੋ ਸਿੱਧੂ ਮੂਸੇਵਾਲਾ ਜੋ ਹੈ ਉਹ ਅੱਜ ਹਮਾਰੇ ਬੀਚ ਮੇਂ ਨਹੀਂ ਹੈ, ਲੇਕਿਨ ਉਨਕੇ ਗਾਣੇ, ਉਨਕੀ ਆਵਾਜ਼, ਉਨਕੀ ਲਿਖਾਈ ਆਜ ਵੀ ਹਮਾਰੇ ਬੀਚ ਮੇਂ ਜ਼ਿੰਦਾ ਹੈ। ਔਰ ਇਸੀ ਕੀ ਮਿਸਾਲ ਹੈ ਜੋ ਉਨਕਾ ਹਾਲ ਫਿਲਹਾਲ ਮੇਂ ਗਾਣਾ ਵੀ ਆਇਆ ਥਾ, SYL ਸਤਲੁਜ ਯਮੁਨਾ ਲਿੰਕ, ਜਿਨ੍ਹਾਂ ਨੇ ਕਾਫੀ ਜ਼ਿਆਦਾ ਹਿਸਟਰੀ, ਪੰਜਾਬੀ ਹਿਸਟਰੀ ਕੇ ਬਾਰੇ ਮੈਂ ਹਮੇਂ ਬਤਾਇਆ। ਔਰ ਇਸੀ ਕੇ ਸਾਥ ਸਾਥ ਕਿੰਗ ਜੋ ਹੈ, ਜੋ ਕਿ ਹਿੰਦੀ ਰੈਪ ਕਰਤੇ ਐਮ ਟੀ ਵੀ ਹਸਲ ਕੇ ਫਾਈਨਲਿਸਟ ਵੀ ਰਹਿ ਚੁੱਕੇ ਹੈ, ਉਸ ਹਾਲ ਫਿਲਹਾਲ ਮੇਂ ਉਨਕੀ ਇੱਕ ਜੋ ਹੈ ਖਾਬੀਰਾ ਇੱਕ ਐਲਬਮ ਵੀ ਆਈ ਹੈ, EP ਆਈ ਹੈ। ਤੋ ਮੈਂ ਸਭ ਉਹਨਾਂ ਨੇ ਇੱਕ ਬਾਤ ਕਹੀ ਇੰਟਰਵਿਊ ਮੇਂ ਕਿ ਅਸਲੀ ਜੋ ਇਸ ਟਾਈਮ ਜੋ ਸੀਨ ਹੈ, ਜੋ ਪੂਰਾ ਕਲਚਰ ਜੋ ਹੈ ਬਣਾ ਹੈ ਹਿਪ ਹੋਪ ਜਾਂ ਵੈਸਟਰਨ ਇੰਡਸਟਰੀ ਕਾ, ਉਹ ਪੂਰਾ ਸੀਨ ਮੇਂ ਸਭਸੇ ਜ਼ਿਆਦਾ ਆ ਗਿਆ ਹੈ ਪੰਜਾਬੀ, ਮਤਲਬ ਬਾਲੀਵੁੱਡ, ਕਿਉਂਕਿ ਪੰਜਾਬੀ ਗਾਣੇ ਇਤਨੀ ਜ਼ਿਆਦਾ ਬਣ ਰਹੇ, ਮਤਲਬ ਰੋਜ਼ ਇੱਕ ਪੰਜਾਬੀ ਗਾਣਾ ਰਿਲੀਜ਼ ਹੋਤਾ ਹੈ। ਤੋ ਆਪ ਸੋਚ ਲੈ ਸਕਤੇ ਹੈ ਕਿ ਇੱਕ ਸਾਲ ਮੇਂ ਲੱਖੋਂ ਕੀ ਤਾਦਾਦ ਮੇਂ ਪੰਜਾਬੀ ਗਾਣੇ ਜੋ ਹੈ ਉਹ ਰਿਲੀਜ਼ ਹੋਤੇ ਹੈ। ਔਰ ਕਿੰਗ ਨੇ ਕਿਹਾ ਕਿ ਅਸਲੀ ਜੋ ਪੰਜਾਬੀ ਦੇਸੀ ਹਿਪ ਹੋਪ ਹੈ ਉਸਕੋ ਉਠਾਣੇ ਵਾਲੇ ਦੋ ਹੀ ਬੰਦੇ, ਇੱਕ ਤੋਂ ਸਿੱਧੂ ਬਾਜੀ ਥੇ ਔਰ ਦੂਸਰਾ ਜੋ ਹੈ ਕਰਨ ਔਜਲਾ। ਇਹ ਦੋਨੋਂ ਇਤਨੇ ਅੱਛੀ ਤਰ੍ਹਾਂ ਸੀਨ ਕੋ ਸੰਭਾਲ ਰੱਖਿਆ ਕਿ ਆਜ ਬੱਚੇ ਬੱਚੇ ਕੇ ਮੂੰਹ ਪੇ ਗਾਣਾ ਰਟਾ ਹੁਆ ਹੈ। ਉਹਨਾਂ ਨੇ ਕਿਹਾ ਕਿ ਜੋ ਆਪਣੀ ਇੱਕ ਤੋਂ ਲੈਂਗੁਏਜ ਕੋ ਪ੍ਰਮੋਟ ਕਰ ਰਹੇ, ਆਪਣੇ ਇੰਡੀਆ ਕੋ ਪ੍ਰਮੋਟ ਕਰ ਰਹੇ, ਆਪਣਾ ਕਲਚਰ ਪ੍ਰਮੋਟ ਕਰ ਰਹੇ ਹੈ, ਔਰ ਸਾਥ ਹੀ ਸਾਥ ਜੋ ਹੈ ਵਹਾਂ ਕੇ ਜੋ ਬਾਕੀ ਚੀਜ਼ ਹੈ ਵੋ ਇੰਟਰਨੈਸ਼ਨਲ ਦੇ, ਜੈਸੇ ਆਪ ਦੇਖੇ ਬਾਹਰ ਕਾ ਜੋ ਲੋਕ ਹੈ ਰੈਪਰਸ ਕਾ ਕੋਲੈਬ ਕਰ ਰਹੇ ਹੈ, ਹਾਲੀਵੁੱਡ YG ਕੇ ਸਾਥ ਕੋਲੈਬ ਆਇਆ, ਤੋ ਕਿਤੇ ਸਾਰੇ ਜੋ ਦਿਲਜੀਤ ਦੋਸਾਂਝ ਹੈ। ਤੋ ਬਾਤ ਕੀ ਜਾਏ ਤੋ ਹਰ ਕੋਈ ਜੋ ਹੈ ਆਪਣੇ ਇੰਡੀਆ ਕੋ ਰਿਪ੍ਰੈਜੈਂਟ ਕਰ ਰਿਹਾ ਹੈ ਬਿਲਬੋਰਡਸ ਪੇ, ਟਾਈਮ ਸਕੁਏਅਰ ਕੇ। ਤੋ ਇਸ ਪੇ ਬਾਤ ਇਹ ਆ ਜਾਤੀ ਕਿ ਦੇਖੋ, ਅਗਰ ਆਪ ਆਪਣੀ ਲੈਂਗੁਏਜ ਕੋ ਇੱਕ ਮਲਟੀ ਨੈਸ਼ਨਲ ਜਗ੍ਹਾ ਪੇ ਆਪ ਰਿਪ੍ਰੈਜੈਂਟ ਕਰਦੇ ਹੋ, ਤੋ ਕਾਫੀ ਜ਼ਿਆਦਾ ਆਪਕਾ ਨਾਮ ਬਣਤਾ ਹੈ, ਮਤਲਬ ਗੋਰੇ ਲੋਕ ਵੀ ਹਮਾਰੇ ਗਾਣੇ ਸੁਣ ਰਹੇ ਹੈ, ਤੋ ਇਸ ਸੇ ਜ਼ਿਆਦਾ ਹੋਰ ਕਿਆ ਚਾਹੀਏ ਆਪਕੋ ਲਾਈਫ ਮੇਂ। ਔਰ ਇਸੀ ਕੇ ਸਾਥ ਸਾਥ ਕਿੰਗ ਨੇ ਵੀ ਕਿਹਾ ਕਿ ਅਗਰ ਲੋਕ ਜੋ ਹਿੰਦੀ ਰੈਪਰਸ ਹੈ ਉਸੇ ਮੇਂ ਫਾਈਟ ਕਰਦੇ ਹੈ ਕਿ ਭਾਈ ਮੈਂ ਓਰਿਜਨਲ OG ਹੂੰ, ਮੈਂ ਹਿੰਦੀ ਰੈਪ ਕਰਤਾ ਹੂੰ, ਮੈਂ ਹਾਰਡਕੋਰ ਅੰਡਰਗਰਾਊਂਡ ਹੂੰ, ਲੇਕਿਨ ਉਹਨੇ ਕਿਹਾ ਅਸਲੀ ਜੋ ਪ੍ਰਮੋਟ ਕਰ ਰਹੇ ਹੋ ਕਰਨ ਔਜਲਾ ਸਿੱਧੂ ਬਾਜੀ ਥੇ ਜੋ ਪ੍ਰਮੋਟ ਕਰ ਰਹੇ ਆਪਣੇ ਮੇਂ, ਔਰ ਸਿੱਧੂ ਨੇ ਕਾਫੀ ਅੱਛੇ ਅੱਛੇ ਗਾਣੇ ਦੀ, ਔਰ ਅੱਜ ਵੀ ਉਨਕੇ ਗਾਣੇ ਕਾਫੀ ਸਾਰੇ ਅਨਰਿਲੀਜ਼ਡ ਹੈ ਜੋ ਕਿ ਰਿਲੀਜ਼ ਵੀ ਹੋਣੇ ਵਾਲੇ। ਅਬ ਕਰਨ ਔਜਲਾ ਕਾ ਹਾਲ ਫਿਲਹਾਲ ਮੇਂ ਗਾਣਾ ਹੈ ਗੇਮ ਓਵਰ, ਤੋ ਉਸਮੇਂ ਕਾਫੀ ਚੀਜ਼ਾਂ ਹੈ ਜੋ ਦੇਖਣੇ ਵਾਲੀ ਹੈ। ਔਰ ਅਬ ਬਾਤ ਕੀ ਜਾਏ ਤੋ ਦੇਖ ਐਸੇ ਹੀ ਜੋ ਹੈ ਗਾਣੇ ਬਣਾਤੇ ਰਹੇਗੇ ਕਰਨ ਔਜਲਾ। ਔਰ ਕਿੰਗ ਨੇ ਬਿਲਕੁਲ ਸਹੀ ਕਿਹਾ ਕਿ ਅਸਲੀ ਜੋ ਪੂਰਾ ਸੀਨ ਹੈ ਦੇਸੀ ਪੌਪ ਕਾ, ਤੋ ਉਹ ਕਰਨ ਔਜਲਾ ਕੇ ਹੱਥੋਂ ਮੇਂ ਹੀ ਹੈ। ਤੋ ਅਬ ਆਪਕੀ ਕਿਆ ਰਾਏ ਇਸ ਪੂਰੇ ਟੌਪਿਕ ਪੇ, ਹਮੇਂ ਜ਼ਰੂਰ ਬਤਾਏ। ਔਰ ਐਸੀ ਤਮਾਮ ਖਬਰੋਂ ਕੇ ਲਈ ਹਮਾਰਾ ਚੈਨਲ ਇੰਡੀਆ ਨਿਊਜ਼ ਐਂਟਰਟੇਨਮੈਂਟ ਸਬਸਕ੍ਰਾਈਬ ਜ਼ਰੂਰ ਕਰੇ, ਕਿਉਂਕਿ ਕੋਈ ਵੀ ਅਪਡੇਟ ਹੋ, ਚਾਹੇ ਪੰਜਾਬੀ, ਹਾਲੀਵੁੱਡ, ਸਾਊਥ ਇੰਡਸਟਰੀ, ਹਰ ਇੱਕ ਅਪਡੇਟ ਆਪਕੋ ਮਿਲਤੀ ਰਹੇਗੀ ਹਮਾਰੇ ਚੈਨਲ ਪੇ। ਬਟ ਆਪਕੋ ਸਬਸਕ੍ਰਾਈਬ ਕਰਨਾ ਹਮਾਰਾ ਚੈਨਲ। अगर आपको हमारा ये वीडियो पसंद आया हो तो वीडियो को लाइक करें और चैनल को सब्सक्राइब करें, और हाँ, बेल आइकन को दबाना ना भूलें ताकि आप तक वीडियो का नोटिफिकेशन पहुंचता रहे। देखते रहिए इंडिया न्यूज़ एंटरटेनमेंट।